ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੌਣਦੇ ਹੀ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਕਿ ਕਿਦਾਂ ਜੀ ਇੱਕ ਹਵਾਈ ਜਹਾਜ਼ ਦੇ ਟਿਕਟ ਇੱਕ 에ਅਰਪਲੇਨ ਦੀ ਟਿਕਟ ਲੈਣ ਦੇ ਨਾਲ ਇੱਕ ਔਰਤ ਨੇ ਜਿੱਤਿਆ 1 ਲੱਖ ਐਰੋ ਤੇ ਜੇਕਰ ਮਾਰਕੀਟਾਂ ਦੇ ਵਿੱਚੋਂ ਤੁਸੀਂ ਸਮਾਨ ਦੀ ਲਿਸਟ ਗਣਾਵਾਂਗੇ ਤੁਸੀਂ ਉਹ ਖਰੀਦੀਆਂ ਤਾਂ ਅੱਜ ਹੀ ਕਰਕੇ ਆਓ ਵਾਪਸ ਕਿਉਂਕਿ ਬਹੁਤ ਹੀ ਜ਼ਿਆਦਾ ਖਤਰਾ ਆ ਸਿਹਤ ਵਿਭਾਗ ਬੋਲੋ ਸਾਰੀਆਂ ਮਾਰਕੀਟਾਂ ਦੇ ਵਿੱਚ ਜਿਹੜਾ ਸਮਾਨ ਵਾਪਸ ਲਿਆ ਜਾ ਰਿਹਾ ਜੀ ਪੁਲਿਸ ਵੀ ਸਰਕਾਰ ਦੇ ਫੈਸਲਿਆਂ ਦੇ ਖਿਲਾਫ ਹੋਣਾ ਸ਼ੁਰੂ ਹੋ ਗਿਆ ਕਿ ਪੁਲਿਸ ਹੁਣ ਬਗਾਵਤ ਤੇ ਉੱਤਰ ਆਏਗੀ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਪਰ ਸਭ ਤੋਂ ਪਹਿਲਾਂ ਦੇਖਦੇ ਹਾਂ ਇਟਲੀ ਦੀ ਸਾਨੂੰ ਸਿਚੁਏਸ਼ਨ ਆ ਕੀ ਕਹਿੰਦੀ ਆ ਅੱਜ ਇਟਲੀ ਦੇ ਵਿੱਚ 5664 ਨਵੇਂ ਕੇਸ 19 ਮਰੀਜ਼ਾਂ ਦੀ ਹੋਈ ਮੌਤ 3580 ਮਰੀਜ਼ ਹੋਇਆ ਠੀਕ 128528 ਟੋਟਲ ਪੋਜ਼ੀਟਿਵ ਮਰੀਜ਼ ਨੇ 384 ਆਈ ਸੀ ਯੂ ਦੇ ਵਿੱਚ 3162 ਕੋਵਿਡ ਦੇ ਸਿੰਪਟਮ ਦੇ ਨਾਲ ਹਸਪਤਾਲਾਂ ਦੇ ਵਿੱਚ ਅਤੇ 124982 ਬੰਦਾ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਜੀ ਉਧਰ ਹੀ ਜੇਕਰ ਅਸੀਂ ਗੱਲ ਕਰੀਏ ਟੈਸਟਾਂ ਦੀ ਤਾਂ ਅੱਜ ਜਿਹੜਾ 160870 ਟੈਸਟ ਕੀਤਾ ਗਿਆ ਤੇ ਤਸਦੀ ਪੋਜ਼ਿਟਿਵਿਟੀ 3.52 ਸੀ ਹਰ 100 ਟੈਸਟ ਵਿੱਚ 3 ਬੰਦੇ ਪੋਜ਼ਿਟਿਵ ਆ ਰਹੇ ਸਨ ਅੱਜ ਟੌਪ ਦੀਆਂ ਪੰਜ ਸਟੇਟਾਂ ਰਹੀਆਂ ਜੀ ਤੁਰਸਕਾਨਾ 725 ਵੇਨੇ ਤੋਂ 509 ਸੁਜੀਲੀਆ ਚਨੋਸੋਸ਼ਿਆਲੀ ਮਿਲਜਾ ਰੂਮਾਨੀਆ ਦੇ ਵਿੱਚ 552 ਤੇ ਕੰਪਨੀਆਂ ਦੇ ਵਿੱਚ 473 ਨਵੇਂ ਕੇਸ ਦਰਜ ਹੋਇਆ ਜੀ ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਆਪਣੇ ਇੱਕ ਵੀਰ ਨੂੰ ਜਿਸਨਾਂ ਦਾ ਨਾਮ ਅਸੀਂ ਗੋਪਤ ਰੱਖਾਂਗੇ ਉਹਨਾਂ ਨੂੰ ਮੁਬਾਰਕ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ ਵਧਾਈ ਦੇਣੇ ਚਾਹੁੰਦੇ ਹਾਂ ਕਿ ਜਿਨ੍ਹਾਂ ਦੇ ਅਸੀਂ ਸਾਡੀ ਸਾਰੀ ਟਾ ਪੰਜਾਬੀ ਦੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਹੁੰਣਗੇ ਤੁਹਾਡਾ ਜਿਹੜਾ ਬਾਜੀ ਰਿਸ਼ਤਾ ਹੋ ਗਿਆ ਜੀ ਐਡ ਲਾਈਨ ਨੂੰ 3 ਦਿਨ ਹੀ ਹੋਏ ਸੀ ਕਿ ਚੌਥੇ ਦਿਨ ਬਾਜੀ ਦਾ ਮੈਸੇਜ ਆ ਗਿਆ ਕਿ ਬਾਜੀ ਮੇਰਾ ਰਿਸ਼ਤਾ ਹੋ ਗਿਆ ਤੁਹਾਡਾ ਨਾਮ ਅਸੀਂ ਗੋਪਤ ਰੱਖਿਆ ਪਰ ਤੁਹਾਨੂੰ ਬਹੁਤ ਬਹੁਤ ਭਾਜੀ ਮੁਬਾਰਕ ਹੋਵੇ ਜੀ ਵਾਦਦੇ ਆ ਜੀ ਅੱਜ ਦੀਆਂ ਖਾਸ ਖਬਰਾਂ ਵੱਲ ਸਭ ਤੋਂ ਪਹਿਲੀ ਜਿਹੜੀ ਖਬਰ ਆ ਰਹੀ ਹੈ ਜੀ ਉਹ ਹੈ ਜੀ ਅਫਗਾਨਿਸਤਾਨ ਦੇ ਵਿੱਚ ਜਿਹੜਾ ਤਾਲਿਬਾਨੀਆਂ ਨੇ ਕਬਜ਼ਾ ਕਰ ਲਿਆ ਜੀ ਚੰਗੀ ਤਰ੍ਹਾਂ ਕਾਬੁਲ ਤੱਕ ਪਹੁੰਚ ਗਏ ਨੇ ਤੇ ਉੱਥੋਂ ਜਿਹੜੀਆਂ ਹੁਣ ਫਲਾਈਟਾਂ ਤਕਰੀਬਨ ਸਾਰੇ ਕੰਟਰੀਆਂ ਆਪਣੇ ਆਪਣੇ ਬੰਦਿਆਂ ਨੂੰ ਆਪਣੇ ਆਪਣੇ ਜਿਹੜੇ ਐਮਬੈਸਡਰਾਂ ਨੂੰ ਉੱਥੋਂ ਕੱਢਣਾ ਸ਼ੁਰੂ ਕਰ ਦਿੱਤਾ ਜੀ ਪਹਿਲੀ ਖਬਰ ਵੱਲ ਚੱਲਦੇ ਹਾਂ ਜੀ ਰਾਇਨੇਰ ਦੀ ਫਲਾਈਟ ਲੈਂਡ ਦੇ ਨਾਲ ਕਿਸ ਤਰ੍ਹਾਂ ਇੱਕ ਔਰਤ ਨੇ ਜਿੱਤਿਆ 1 ਲੱਖ ਰੁਪਏ ਇਹ ਜਿਹੜੀ ਰਾਇਨੇਰ ਦੀ ਟਿਕਟ ਸੀ ਹੈ ਜੀ ਬੈਨੀਫੀਸ਼ੀਅੈਂਸਾ ਕਰ ਰਹੀ ਬੈਨੀਫੀਸ਼ੀਅੈਂਸਾ ਕਰ ਰਹੀ ਮਤਲਬ ਕਿ ਜਿਹਨੇ ਜਿਹੜਾ ਵੀ ਇਹਨਾਂ ਦੀ ਫਲਾਈਟ ਖਰੀਦਦਾ ਸੀ ਤਾਂ ਉਹਦੇ ਵਿੱਚੋਂ ਇਹ ਟਿਕਟ ਦੇ ਵਿੱਚੋਂ ਦੋ 에어로 ਆ ਜਿਹੜੇ ਇਹ ਡੋਨੇਸ਼ਨ ਕਰ ਰਹੇ ਸੀਗੇ ਤੇ ਦੋ 에어로 ਦੀ ਵੇਚ ਰਹੇ ਸੀ ਇਹ ਲਾਟਰੀਆਂ ਦੀਆਂ ਟਿਕਟਾਂ ਵੇਚ ਰਹੇ ਸੀਗੇ ਘਰਾਤਾ ਵੀੰਚੀ ਦੀਆਂ ਤੇ ਕਹਿ ਰਹੇ ਸੀ ਜੇਕਰ ਤੁਸੀਂ ਇਹ ਖਰੀਦਦੇ ਤਾਂ ਇਹਨਾਂ ਦੇ ਵਿੱਚੋਂ ਦੋ 에어로 ਜਿਹੜੇ ਅਸੀਂ ਡੋਨੇਟ ਕਰਨੇ ਆ ਜੀ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਇਟਲੀ ਦੇ ਵਿੱਚ ਹੈਲਪ ਕਰਨ ਵਾਲੀਆਂ ਅਛਾ ਜਿਹੜੀ ਔਰਤ ਆ ਉਹ ਫਲਾਈਟ ਖਰੀਦਦੀ ਆ ਤੇ ਜਦੋਂ ਅਸਮਾਨ ਦੇ ਵਿੱਚ ਪਹੁੰਚ ਕੇ ਆਪਣਾ ਗਰਾਤਾਈ ਵੀ ਇੰਚ ਜਿਹੜਾ ਉਹ ਛਿੱਲਣ ਵਾਲਾ ਹੁੰਦਾ ਲੋਟਰੀ ਉਹਨੂੰ ਦੇਖਦੀ ਆ ਤਾਂ ਉਹਦੇ ਜਿਹੜੇ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਦੋ 에ਰੋ ਦੇ ਨਾਲ ਇੱਕ ਚੰਗਾ ਕੰਮ ਕਰਕੇ 1 ਲੱਖ ਰੁਪਏ ਜਿੱਤ ਜਾਂਦੀ ਆ ਜੂਆ ਖੇਡਣਾ ਬਹੁਤ ਮਾੜੀ ਗੱਲ ਆ ਜੀ ਜਿਹੜੀਆਂ ਲੋਟਰੀਆਂ ਪਾਣੀਆਂ ਗਲਤ ਗੱਲ ਆ ਤੁਹਾਡੇ ਪੈਸੇ ਖਰਾਬ ਹੋ ਸਕਦੇ ਆ ਪਰ ਜੋ ਨਿਊਜ਼ ਆਈ ਆ ਤੁਹਾਨੂੰ ਉਹਦੇ ਬਾਰੇ ਦੱਸ ਰਹੇ ਆ ਕਦੇ ਵੀ ਇਹਨਾਂ ਦੇ ਇਦਾਂ ਦੇ ਪੈਸਿਆਂ ਦੀ ਆਸਨੀ ਰੱਖਣੀ ਚਾਹੀਦੀ ਪਰ ਇਸ ਔਰਤ ਨੇ ਅਚਾਨਕ ਹੀ ਤੀਰ ਤੋਕਾ ਸੀ ਕਹੇ ਸਾਦੇ ਆ 1 ਲੱਖ ਯਾਰੋ ਜਿੱਤ ਲਿਆ ਜੀ ਅਗਲੇ ਬ੍ਰੇਡ ਵਾਲ ਚੱਲਦੇ ਜੀ ਅਗਲਾ ਅਪਡੇਟ ਹੈ ਜੀ ਮਾਰਕਟਾਂ ਵੱਲੋਂ ਮਾਰਕਟਾਂ ਦੀ ਜੇ ਅਸੀਂ ਗੱਲ ਕਰੀ ਜੀ ਮਾਰਕਟਾਂ ਦੇ ਵਿੱਚ ਹੁਣ ਬਹੁਤ ਹੀ ਤਕੜਾ ਗਾਹ ਪੈ ਗਿਆ ਜੀ ਤਕਰੀਬਨ ਹਰ ਇੱਕ ਮਾਰਕੀਟ ਸ਼ਾਇਦ ਕੋਈ ਹੀ ਮਾਰਕੀਟ ਹੋਵੇ ਜਿਹਦੇ ਵਿੱਚ ਜਿਹੜੇ ਪ੍ਰੋਡਕਟ ਨੇ ਉਹਨਾਂ ਨੂੰ ਵਾਪਸ ਨਹੀਂ ਬੁਲਾਇਆ ਗਿਆ ਹੋਗਾ ਜੇ ਗੱਲ ਕਰੀਏ ਕਰਫੋਰ ਮਾਰਕਟ ਦੀ ਕਰਫੋਰ ਮਾਰਕਟ ਦੇ ਵਿੱਚ ਜਿਹੜਾ ਦੇਹੀ ਹੁੰਦਾ ਯੋਗੁਰਤ ਇੰਟਰੋ ਵਾਲ ਪਿਸਤਾਕਿਓ ਪਿਸਤਾਕਿਓ ਵਾਲਾ ਜਿਹੜਾ ਦੇਹੀ ਆ ਕਾਰਫਰ ਮਾਰਕੀਟ ਦਾ ਦੋ ਡੱਬੀਆਂ ਆ ਦੀਆਂ 125 ਗ੍ਰਾਮ ਦੀਆਂ ਇਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਐਕਸਪਾਇਰ ਡੇਟ ਇਹਨਾਂ ਦੀ 26 8 ਸੀਗੀ ਉਧਰ ਹੀ ਬਦਾਮ ਤੇ ਪਿਸਤਾਕਿਓ ਪਿਸਤਾਕਿਓ ਇਹ ਮੰਦਰਲਾ ਵਾਲਾ ਜਿਹੜਾ ਵੀ ਦੇਹੀ ਆ ਉਹਨੂੰ ਵੀ ਕਾਰਫਰ ਮਾਰਕੀਟ ਦੇ ਵਿੱਚੋਂ ਵਾਪਸ ਬੁਲਾ ਲਿਆ ਗਿਆ ਜੇਕਰ ਤੁਸੀਂ ਵੀ ਇਸ ਨੂੰ ਖਰੀਦਿਆ ਤਾਂ ਇਹਨੂੰ ਵਾਪਸ ਕਰਕੇ ਆਓ ਕਿਉਂਕਿ ਇਹਦੇ ਵਿੱਚ ਐਥਨ ਆਕਸਾਈਡ ਆ ਜਿਹੜੀ ਬਹੁਤ ਸਰੀਰ ਨੂੰ ਹਾਨੀ ਕਰਦੀ ਆ ਉਦੋਂ ਦੀ ਜੀ ਗੱਲ ਸੀ ਐਸੇ ਲੂੰਗਾ ਮਾਰਕਟ ਦੀ ਕਰੀਏ ਇਹਦੇ ਵਿੱਚ ਵੀ ਜਿਹੜਾ ਯੋਗੁਰਤ ਮਾਗਰ ਵਾਲਾ ਫਰਾਗੂਲਾ ਆ ਜਿਹੜੇ ਫਰਾਗੂਲੇ ਵਾਲਾ ਦਹੀਂ ਹੁੰਦਾ ਜਾਫਰ ਯੋਗੁਰਤ ਮਾਗਰ ਵਾਲਾ ਫਰਾਗੂਲਾ ਜਿਹਦੀਆਂ 8 ਡੱਬੀਆਂ ਮਿਲਦੀਆਂ ਇੱਕ ਤਾਂ 2 ਡੱਬੀਆਂ ਵਾਲਾ ਜਿਹੜਾ ਐਸੇ ਲੂੰਗਾ ਦਾ ਇੱਕ 8 ਡੱਬੀਆਂ ਵਾਲਾ 125 ਗ੍ਰਾਮ ਦਾ ਜੋ ਕਿ ਮੀਲਾ ਤੋਤੀ ਮੀਲਾ ਜਿਹੜਾ ਮਾਰਕਟ ਆ ਇਨ ਮਾਰਕਾ ਜਿਹੜਾ ਉਹਨਾਂ ਦਾ ਮਿਲਦਾ ਹੈ ਜੀ ਇੱਕ ਹੋਰ ਹੈ ਜੀ ਦਹੀਂ ਆ ਜ਼ਿਆਦਾਤਰ ਜਿਹਦੇ ਵਿੱਚ ਅਦਰਕ ਵਾਲਾ ਦਹੀਂ ਆ ਜੋ ਕਿ ਮੀਲਾ ਮੀਲਾ ਜਿਹੜਾ ਮਾਰਕ ਆ 125 ਗ੍ਰਾਮ ਦੀਆਂ ਦੋ ਮਿਲਦੀਆਂ ਉਧਰ ਜੇ ਅਸੀਂ ਗੱਲ ਕਰੀਏ ਲਾਟੇਰੀਆ ਨੋ ਮੈਸਰਲ ਇਹਨਾਂ ਦਾ ਵੀ ਜਿਹੜਾ ਦਹੀਂ ਆ ਤਕਰੀਬਨ ਸਾਰਾ ਵਾਪਸ ਕੀਤਾ ਜਾ ਰਿਹਾ ਪੈਨੀ ਮਾਰਕਟ ਦੇ ਵਿੱਚ ਵੀ ਜਿਹੜਾ ਦਹੀਂ ਆ ਜੋਗੁਰਤ ਇਨ ਤੇਰੋ ਪਿਸਤਾਕੀਓ ਵਾਲਾ ਤੇ ਗਰਾਨੈਲਾ ਦੀ 9 ਚਲਾ 150 ਗ੍ਰਾਮ ਦਾ ਇਹਦਾ ਜਿਹੜਾ ਮਾਰਕਾ ਬ੍ਰਾਂਡ ਇਹਨੂੰ ਬਣਾ ਰਿਹਾ ਜੀ ਬੋਨਤਾ ਨਵਾਬ ਬਣਾ ਰਿਹਾ ਜੀ 31 ਅਗਸਤ 2021 ਤੱਕ ਐਕਸਪਾਇਰ ਡੇਟਾ ਜਾਂ ਫਿਰ ਸ਼ੀ 9 21 ਤੱਕ ਇਹਨਾਂ ਦੀ ਐਕਸਪਾਇਰ ਡੇਟਾ 20 ਫਰੋਲਾ ਕੋਨ ਆਪਣਾ ਜਿਹੜਾ ਕੰਫੇ ਤੂਰਾ ਦੀ ਮੋਰਾ ਮੋਰਾ ਰੋਸਾ ਐ ਮਰਤੀਲਿਓ ਇਹ ਜੀ ਕੇਕ ਵਰਗਾ ਹੁੰਦਾ ਇਹਦੇ ਵਿੱਚ ਮਰਮਲਾ ਦਾ ਲਿਮੋਨੇ ਵਾਲਾ ਹੋ ਸਕਦਾ ਜਾਂ ਕਿਸੇ ਹੋਰ ਵਾਲਾ ਹੋ ਸਕਦਾ ਲਿਡਲ ਦੀ ਮਾਰਕਟ ਦੇ ਵਿੱਚੋਂ ਜੇਕਰ ਤੁਸੀਂ 20 ਫਰੋਲਾ ਖਰੀਦਿਆ ਤਾਂ ਇਹਨੂੰ ਵਾਪਸ ਕਰਕੇ ਆਇਓ ਜੇ ਤੁਸੀਂ ਬੀਸਫਰੋਲਾ ਜਿਹੜਾ ਮਾਰਕ ਹੈ ਵਾਲੈਂਸਾ ਦੇ ਵਿੱਚੋਂ ਖਰੀਦਿਆ ਤਾਂ ਇਹਨੂੰ ਵੀ ਤੁਸੀਂ ਵਾਪਸ ਕਰ ਦਿਓ ਮਤਲਬ ਜੀ ਗੱਲ ਇਹ ਮੁੱਖ ਦੀ ਹੈ ਕਿ ਜੇਕਰ ਤੁਸੀਂ ਬੀਸਫਰੋਲਾ ਖਰੀਦਿਆ ਆ ਤਾਂ ਉਹਨੂੰ ਵਾਪਸ ਕਰੋ ਜੇਕਰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਫਰੂਟ ਵਾਲਾ ਦਹੀਂ ਖਰੀਦਿਆ ਜਿਹੜੀ ਮਰਜੀ ਮਾਰਕਟ ਦਾ ਹੋਵੇ ਇਸ ਟਾਈਮ ਇਹਨਾਂ ਨੇ ਜਿਹੜੀ ਕੰਪਨੀ ਹੈ ਜਿਹੜੇ ਟੈਸਟ ਦਾ ਦੂਜੇ ਦੇ ਚੈੱਕ ਕੀਤੇ ਆ ਪਰ ਹੋ ਸਕਦਾ ਹੋਰਾਂ ਦੇ ਵਿੱਚ ਵੀ ਪ੍ਰੋਬਲਮ ਹੋਵੇ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਇਥੈਨ ਆਕਸਾਈਡ ਆ ਉਹਦਾ ਉਹਦਾ ਜਿਹੜਾ ਉਹਦੀ ਜਿਹੜੀ ਮਾਤਰਾ ਕੁਆਂਟੀਟੀ ਆ ਬਹੁਤ ਹੀ ਜ਼ਿਆਦਾ ਪਾਈ ਗਈ ਹੈ ਜਿਸ ਦੇ ਕਾਰਨ ਸਰੀਰ ਨੂੰ ਨੁਕਸਾਨ ਕਰ ਸਕਦੀ ਹੈ ਅਗਲੇ ਅਪਡੇਟ ਵੱਲ ਚਲਦੇ ਹਾਂ ਜੀ ਅਗਲਾ ਅਪਡੇਟ ਆਪਨਾ ਰਿਹਾ ਜੀ ਪੁਲਿਸ ਵਿਭਾਗਮੇ ਤੋਂ ਸਰਕਾਰ ਨੇ ਇਟਲੀ ਦੇ ਵਿੱਚ ਜਿਹੜੇ ਸਿਹਤ ਮੰਤਰੀ ਉਹਨਾਂ ਨੇ ਨਵੇਂ ਕਾਨੂੰਨ ਲਾਗੂ ਕੀਤੇ ਉਹਨਾਂ ਕਾਨੂੰਨਾਂ ਦੇ ਵਿੱਚ ਲਿਖਿਆ ਜੀ ਕਿ ਜਿਹੜੇ ਮੈਨਸੇ ਹੁੰਦੇ ਆ ਕੰਟੀਨਾਂ ਹੁੰਦੀਆਂ ਚਾਹੇ ਉਹ ਸਰਕਾਰੀ ਦਫ਼ਤਰ ਸਰਕਾਰੀ ਕਰਮਚਾਰੀ ਦੀ ਕੰਟੀਨ ਹੋਵੇ ਚਾਹੇ ਜਿਹੜੀ ਵੀ ਕੰਟੀਨ ਹੋਵੇ ਉਹਦੇ ਵਿੱਚ ਜਿਹੜੇ ਗ੍ਰੀਨ ਪਾਸ ਦੀ ਬਹੁਤ ਹੀ ਜ਼ਿਆਦਾ ਲੋੜ ਆ ਗ੍ਰੀਨ ਪਾਸ ਤੋਂ ਬਿਨਾ ਉਹਨਾਂ ਦੇ ਵਿੱਚ ਐਂਟਰੀ ਮਨਰ ਪਰ ਇਸ ਗੱਲ ਨੂੰ ਲੈ ਕੇ ਜਿਹੜੇ ਪੁਲਿਸ ਮੈਹਿਮੇ ਦੇ ਵਿੱਚ ਹੁਣ ਬਹੁਤ ਸਾਰੀਆਂ ਗੱਲਾਂ ਹੋਣ ਲੱਗੀਆਂ ਨੇ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਗ੍ਰੀਨ ਪਾਸ ਆ ਸਿਰਫ ਕੰਟੇਨ ਦੇ ਵਿੱਚ ਕਿਉਂ ਲਾਗੂ ਕੀਤਾ ਗਿਆ ਆਫਿਸਰਾਂ ਦੇ ਵਿੱਚ ਲਾਗੂ ਨਹੀਂ ਕੀਤਾ ਗਿਆ ਕਿ ਆਫਿਸ ਦੇ ਵਿੱਚ ਗ੍ਰੀਨ ਪਾਸ ਦੀ ਲੋੜ ਨਹੀਂ ਹੈਗੀ ਗੱਡੀਆਂ ਦੇ ਵਿੱਚ ਇੱਕ ਵੈਕਸੀਨ ਵਾਲਾ ਤੇ ਇੱਕ ਨਾਨ ਵੈਕਸੀਨ ਵਾਲਾ ਬੰਦਾ ਬੈਠਾ ਇੱਕ ਨੇ ਵੈਕਸੀਨ ਲਵਾਈ ਤੇ ਦੂਸਰੇ ਬੰਦੇ ਨੇ ਵੈਕਸੀਨ ਨਹੀਂ ਲਵਾਈ ਕਿ ਉਸ ਟਾਈਮ ਜਦੋਂ ਅਸੀਂ ਦੋਏ ਪੁਲਿਸ ਵਾਲਿਆਂ ਦੀ ਗੱਲ ਕਰੇ ਇੱਕ ਪੁਲਿਸ ਵਾਲੇ ਨੇ ਪ੍ਰੋਪਰ ਆਪਣਾ ਇੰਟਰਵਿਊ ਦਿੱਤਾ ਉਹ ਕਹਿ ਰਿਹਾ ਕਿ ਮੈਂ ਵੈਕਸੀਨ ਲਵਾਣੀ ਜਾਂ ਨਾ ਲਵਾਣੀ ਇਹ ਕੋ ਮੇਰਾ ਨਿੱਜੀ ਫੈਸਲਾ ਤੇ ਕੰਟੇਨ ਦੇ ਵਿੱਚ ਬੈਠ ਕੇ ਮੈਂ ਗਰਮ ਰੋਟੀ ਖਾ ਸਕਦਾ ਜਾਂ ਦਾਲ ਪਾਣੀ ਜੋ ਵੀ ਹੁੰਦਾ ਉਹਨਾਂ ਦਾ ਇਟਾਲੀਅਨ ਖਾਣਾ ਕਹਿੰਦਾ ਮੈਂ ਖਾ ਸਕਦਾ ਹਾਂ ਹੁਣ ਮੈਂ ਵੈਕਸੀਨ ਨਹੀਂ ਲਵਾਈ ਤਾਂ ਮੇਰੇ ਨਾਲ ਦੇ ਨੇ ਵੈਕਸੀਨ ਲਵਾਈ ਹੈ ਕੀ ਅਸੀਂ ਉਸ ਟਾਈਮ ਇਕੱਠੇ ਕੰਮ ਕਰਦੇ ਹਾਂ ਉਸ ਵੇਲੇ ਗ੍ਰੀਨ ਪਾਸ ਕਿਉਂ ਨਹੀਂ ਲੋੜ ਪੈਂਦੀ ਜਿਸ ਟਾਈਮ ਅਸੀਂ ਆਫਿਸਾਂ 'ਚ ਜਾਂਦੇ ਹਾਂ ਜਿਸ ਟਾਈਮ ਅਸੀਂ ਬੰਦਿਆਂ ਨੂੰ ਚੈੱਕ ਕਰਨ ਜਾਂਦੇ ਹਾਂ ਉਸ ਵੇਲੇ ਗ੍ਰੀਨ ਪਾਸ ਨਹੀਂ ਮੰਗਦੇ ਇਹ ਜਿਹੜਾ ਕੰਟੇਨ ਦੇ ਵਿੱਚ ਬੈਠ ਕੇ ਗ੍ਰੀਨ ਪਾਸ ਦਾ ਕੀ ਚੱਕਰ ਆ ਇਹਨੂੰ ਅਸੀਂ ਇੱਕ ਕਹਿ ਸਕਦੇ ਕਿ ਇੱਕ ਬਗਾਵਤ ਦੀ ਚਿੰਗਾਰੀ ਹੈ ਜੀ ਜੇਕਰ ਇਸ ਚਿੰਗਾਰੀ ਨੂੰ ਹਵਾ ਲੱਗ ਗਈ ਤਾਂ ਬਹੁਤ ਤਕੜਾ ਗਾਹ ਪੈ ਸਕਦਾ ਉਹ ਕਿਉਂ ਕਿਉਂਕਿ ਪੁਲਿਸ ਮਹਿਕਮਾ ਵੀ ਇੱਕ ਐਸਾ ਮਹਿਕਮਾ ਜੇਕਰ ਇਹ ਨਾਂ ਰਲ ਗਿਆ ਤਾਂ ਫਿਰ ਇਹ ਜਿਹੜੇ ਐਸ ਟਾਈਮ ਚੈਕਿੰਗਾਂ ਹੋ ਰਹੀਆਂ ਨੇ ਤਾਂ ਫਿਰ ਇਹਨਾਂ ਨੂੰ ਦੇਖੂਗਾ ਕੌਣ ਕਿਉਂਕਿ ਪੁਲਿਸ ਵਾਲੇ ਤਾਂ ਜਾ ਕੇ ਚੈਕਿੰਗਾਂ ਕਰਦੇ ਨੇ ਹੁਣ ਦੇਖਦੇ ਹਾਂ ਜੀ ਸਰਕਾਰ ਇਸ ਤੋਂ ਬਾਅਦ ਕੀ ਕਹਿੰਦੀ ਹੈ ਅਗਲਾ ਜੋ ਆਪਣਾ ਅਪਡੇਟ ਹੈ ਜੀ ਸਮ ਫਲੀਚੇ ਚਿਰਚੇ ਤੋਂ ਆ ਰਿਹਾ ਜਿੱਥੇ 11 ਅਗਸਤ ਦੇ ਦਿਨ ਇੱਕ ਇੰਡੀਅਨ ਮੁੰਡੇ ਨੂੰ ਜਿਸ ਦੀ ਉਮਰ ਹੈ 23 ਸਾਲ ਦੱਸਿਆ ਜਾ ਰਿਹਾ ਹੈ ਉਹਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਦਾ ਕਾਰਨ ਕੀ ਹੈ ਜੀ ਚੋਰੀ ਚੋੜੀ ਕਿਸ ਚੀਜ਼ ਦੀ ਕੀਤੀ ਹੈ ਜੀ 블루투ਥ ਵਾਲੇ ਜਿਹੜੇ ਸਪੀਕਰ ਹੁੰਦੇ ਆ ਉਹਨਾਂ ਦੀ ਚੋਰੀ ਕਰਕੇ ਭੱਜ ਰਿਹਾ ਸੀ ਜਿਨ੍ਹਾਂ ਦੇ ਨਾਲ ਉਹਨੂੰ ਗ੍ਰਿਫਤਾਰ ਹੁਣ ਕਰ ਲਿਆ ਗਿਆ ਜੀ ਸਿਰਫ ਇਹ 15-2000 ਜਾਂ 100 ਰੁਪਏ ਦੇ ਹੋਊਗੇ ਸਪੀਕਰ ਜਿਨ੍ਹਾਂ ਦੇ ਕਾਰਨ ਹੁਣ ਪੂਰੇ ਇੰਡੀਆ ਦਾ ਜਿਹੜਾ ਨਾਮ ਬਦਨਾਮ ਹੋ ਗਿਆ ਜੀ ਅਗਲੇ ਵੀਡੀਓ ਵੱਲ ਚਲਦੇ ਹਾਂ ਜੀ ਲੋਪਰ ਦੀਏ ਦੇ ਵਿੱਚ 18 ਮਿਲੀਅਨ ਜਿਹੜੇ ਮਾਸਕ ਸੀਗੇ ਨੈਪੀਆਂ ਵਾਲੇ ਮਾਸਕ ਜੋ ਕਿ ਲੋਪਰ ਦੀਏ ਦੀ ਸਰਕਾਰ ਨੇ ਲਈ ਸੀ 45 ਸੈਂਟ ਦਾ ਇੱਕ ਮਾਸਕ ਲਿਆ ਸੀ 81 ਲੱਖ ਐਰੋ ਦੇ ਜਿਹੜੇ ਇਹਨਾਂ ਨੇ ਲਈ ਸੀ 81 ਲੱਖ ਐਰੋ ਪਲੱਸ ਈਵਾ ਜੋ ਕਿ ਇਹਨਾਂ ਤੇ 22% ਤੁਸੀਂ ਲਾ ਸਕਦੇ ਹੋ ਮਾਰਚ 2020 ਦੇ ਵਿੱਚ ਖਰੀਦੇ ਗਏ ਸਨ ਪਰ ਇਹ ਜਿਹੜੇ 18 ਮਿਲੀਅਨ ਜੋ 18 ਮਿਲੀਅਨ ਇੱਕ ਕਰੋੜ 80 ਲੱਖ ਜਿਹੜਾ ਮਾਸਕ ਲਿਆ ਗਿਆ ਜੀ ਇਹਨਾਂ ਮਾਸਕਾਂ ਦਾ ਕੋਈ ਵੀ ਫਾਇਦਾ ਨਹੀਂ ਹੋਇਆ ਸਿਰਫ ਇਹਨਾਂ ਦੇ ਵਿੱਚੋਂ ਕੁਝ ਪਰਸੈਂਟ ਹੀ ਯੂਜ਼ ਕੀਤੇ ਗਏ ਨੇ ਹਸਪਤਾਲਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਇਹਨਾਂ ਨੂੰ ਯੂਜ਼ ਕਰਨਾ ਸੀ ਪਿਛਲੇ ਸਾਲ ਪਰ ਜਦੋਂ ਇਹਨਾਂ ਨੂੰ ਯੂਜ਼ ਕਰਨ ਦੀ ਵਾਰੀ ਆਈ ਨੱਕ ਤੇ ਨਾ ਇਹਨਾਂ ਦਾ ਟਿਕਣ ਦਾ ਕਾਰਨ ਬਹੁਤ ਵੱਡਾ ਸੀ ਕਿ ਨੱਕ ਦੇ ਉੱਤੇ ਟਿਕਰ ਨਹੀਂ ਸੀ ਪਾਰਾ ਇਹ ਦੂਸਰਾ ਇਹਨਾਂ ਦੀ ਜਿਹੜੀ ਸ਼ੇਪ ਆ ਬਨਾਣਾ ਟਾਈਪ ਹੋਣ ਦੇ ਕਾਰਨ ਦੱਸਿਆ ਜਾ ਰਿਹਾ ਸੀ ਕਿ ਇਹਨਾਂ ਦੇ ਵਿੱਚੋਂ ਹਵਾ ਵੀ ਚੰਗੀ ਤਰ੍ਹਾਂ ਐਂਟਰ ਨਹੀਂ ਸੀ ਹੁੰਦੀ ਜਿਨ੍ਹਾਂ ਦੇ ਨਾਲ ਸਾਹ ਲੈਣ 'ਚ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਤੇ ਅਸੀਂ ਕਹਿ ਸਕਦੇ ਹਾਂ ਜੀ 1 ਕਰੋੜ 80 ਲੱਖ ਜਿਹੜਾ ਮਾਸਕਵਾ ਇਹਦੀ ਫਾਈਲ ਨੂੰ ਬੰਦ ਕਰ ਦਿੱਤਾ ਗਿਆ ਜੀ ਸਰਕਾਰ ਦੇ ਸਿਰੇ ਖਿਲਾਫ ਸਰਕਾਰ ਦੇ ਖਿਲਾਫ ਕੇਸ ਹੋਇਆ ਸੀ ਕਿ ਇਹਨਾਂ ਨੇ ਸਰਕਾਰੀ ਪੈਸੇ ਦਾ ਗਲਤ ਫਾਇਦਾ ਉਠਾਇਆ ਜੀ ਗਲਤ ਜਗ੍ਹਾ ਤੇ ਖਰਚਿਆ ਇਹ ਜਿਹੜੀ ਫਾਈਲ ਆ ਹੁਣ ਇਸ ਹਫਤੇ ਬੰਦ ਕਰ ਦਿੱਤੀ ਗਈ ਹੈ ਕਿ ਸਰਕਾਰ ਨੇ ਆਪਣੇ ਵੱਲੋਂ ਆਪਣੇ ਵੱਲੋਂ ਵਧੀਆ ਤਰੀਕੇ ਵਧੀਆ ਤੌਰ ਦੇ ਵਧੀਆ ਜਗ੍ਹਾ ਤੇ ਪੈਸੇ ਖਰਚਣ ਦੀ ਕੋਸ਼ਿਸ਼ ਕੀਤੀ ਹੁਣ ਜੇ ਉਹ ਸਮਾਨ ਜਿਹੜਾ ਪ੍ਰੋਡਕਟ ਖਰਾਬ ਨਿਕਲਿਆ ਤਾਂ ਇਹਦੇ ਵਿੱਚ ਸਰਕਾਰ ਦੀ ਕੀ ਗਲਤੀ ਆ ਹੁਣ ਤੁਸੀਂ ਇਹਦੇ ਬਾਰੇ ਕੀ ਸੋਚਦੇ ਆਂ ਅਸੀਂ ਤੁਹਾਡੀ ਵੀ رائے ਸੁਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਸਮਝਾਂਗੇ ਅਗਲੇ ਅਪਡੇਟ ਵਾਲ ਚੱਲਦੇ ਆਂ ਜੀ ਇੱਕ ਪਛੀਨਾ ਜਿਹੜਾ ਬੱਚਿਆਂ ਦਾ ਨਹਾਣ ਵਾਲਾ ਪਛੀਨਾ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਜਿੱਚ ਹਵਾ ਭਰਦੀ ਆ ਤੇ ਹਵਾਲੇ ਦੁਆਲੇ ਸਵੀਵਿੰਗ ਪੂਲ ਵੱਲ ਦਾ ਵਰਗਾ ਬਣ ਜਾਂਦਾ ਇੱਕ 10 ਸਾਲ ਦਾ ਬੱਚਾ ਜੋ ਕਿ ਉਸ ਪਛੀਨੇ ਦੇ ਵਿੱਚ ਨਹਾਣ ਲੱਗਾ ਸੀ ਉਹ ਛਾਲ ਮਾਰਦਾ ਅਚਾਨਕ ਹੀ ਉਹਦੀ ਜਿਹੜੀ ਸਿਹਤ ਖਰਾਬ ਹੋ ਜਾਂਦੀ ਆ ਤੇ ਜਿਸ ਦੇ ਨਾਲ ਉਸ ਪਛੀਨੇ ਦੇ ਵਿੱਚ ਹੀ ਡੁੱਬ ਕੇ ਉਸ ਜਿਹੜਾ ਬੱਚਾ 10 ਸਾਲ ਦਾ ਬੱਚਾ ਦੀ ਮੌਤ ਹੋ ਜਾਂਦੀ ਹੈ ਉਸ ਬੱਚੇ ਦੀ ਜਿਹੜੀ ਮੌਤ ਹਸਪੀਟਲ ਦੇ ਵਿੱਚ ਜਾ ਕੇ ਹੁੰਦੀ ਹੈ ਉਸ ਪਛੀਨੇ ਦੇ ਵਿੱਚ ਜਿਹੜਾ ਉਹ ਬੇਹੋਸ਼ ਹੋ ਜਾਂਦਾ ਜੀ ਇਹ ਜਿਹੜਾ ਇਸ ਬਾਰੇ ਜਿਹੜਾ ਉਹਦਾ ਇੱਕ ਹੋਰ ਦੋਸਤ ਨੂੰ ਦੱਸਦਾ ਘਰ ਦੇ ਵਿੱਚ ਜਿਹੜੇ ਅਡਲਟ ਬੰਦੇ ਹੋਰ ਬੰਦੇ ਉਹਨਾਂ ਨੂੰ ਦੱਸਦਾ ਕਿ ਮੁੰਡਾ ਵਿੱਚ ਹੀ ਪ੍ਰੋਬਲਮ ਪੈ ਗਈ ਹੈ ਬੇਹੋਸ਼ ਹੋ ਗਿਆ ਤੇ ਇਹ ਜਿਹੜੇ ਪਛੀਨੇ ਹੁੰਦੇ ਨੇ ਉਹਦੇ ਉੱਤੇ ਖਾਸ ਕਰ ਲਿਖਿਆ ਹੁੰਦਾ ਵੀ ਜਿਸ ਟਾਈਮ ਬੱਚੇ ਨਾਲ ਤੇ ਇਹਨਾਂ ਦੇ ਕੋਲ ਕੋਈ ਬੰਦਾ ਵੱਡਾ ਹੋਣਾ ਬਹੁਤ ਹੀ ਜ਼ਿਆਦਾ ਬਾਲਗ ਬੰਦਾ ਕੋਈ ਸਮਝਦਾਰ ਬੰਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਜਿਹੜਾ ਇਹ ਬੱਚੇ ਦੀ ਮੌਤ ਹੋ ਗਈ ਆ ਇਸ ਉੱਤੇ ਜਿਹੜੇ ਤੇ ਘਰ ਦੇ ਉਹਨਾਂ ਨੂੰ ਵੀ ਪੂਰਿਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਕਿਉਂਕਿ ਇਹ ਜਿਹੜੀ ਮੌਤ ਹੋਈ ਆ ਉਹਨਾਂ ਦੇ ਵਿੱਚ ਲਾਹ ਪਰਵਾਹੀ ਬੱਚੇ ਦੀ ਨਹੀਂ ਉਹਨਾਂ ਦੇ ਘਰਦਿਆਂ ਦੀ ਜੋ ਕਿ ਉਹਨਾਂ ਦੇ ਵਿੱਚੋਂ ਕਿਸੇ ਬੰਦੇ ਨੂੰ ਕੋਲ ਨਹੀਂ ਛੱਡਿਆ ਜੋ ਕਿ ਹੋਣਾ ਚਾਹੀਦਾ ਸੀ ਵਲਦਿਆਂ ਜੀ ਅਗਲੇ ਅਪਡੇਟ ਵੱਲ ਇੱਕ ਕਵਰਸਤਾਨ ਦੇ ਵਿੱਚ ਇੱਕ ਚੀਮੀ ਤੇਰੋ ਦੇ ਵਿੱਚ ਹੋਇਆ ਤਮਾਕਾ ਇੱਕ ਕਬਰ ਦੇ ਵਿੱਚ ਵਿਸਫੋਟ ਹੋਈ ਤੇ ਜੋ ਉਸ ਕਬਰ ਦੇ ਵਿੱਚ ਲਾਸ਼ ਸੀ ਪਈ ਜਿਹੜਾ ਮੁਰਦਾ ਪਿਆ ਸੀਗਾ ਉਹ ਵੀ ਬਾਹਰ ਉਹਦੇ ਜਿਹੜੇ ਅੰਗ ਨਿਕਲ ਕੇ ਬਾਹਰ ਡਿੱਗ ਪਏ ਨੇ ਉਸ ਪੂਰੇ ਕਵਰਸਤਾਨ ਨੂੰ ਉਸ ਪੂਰੇ ਜਿਹੜੇ ਚੀਮੀ ਤੇਰੇ ਨੂੰ ਬਲੌਕ ਕਰ ਦਿੱਤਾ ਗਿਆ ਉਸਦੇ ਪਿੰਡ ਦੇ ਸਰਪੰਚ ਨੇ ਬਲੌਕ ਕਰਤਾ ਸਿਰਫ ਕੱਲ ਨੂੰ ਹੀ ਕੋਈ ਬੰਦਾ ਉਹਦੇ ਵਿੱਚ ਜਾ ਸਕਦਾ ਸਿਰਫ ਜਿਨ੍ਹਾਂ ਨੂੰ ਅਥਾਰਟੀ ਆ ਜਾਣ ਦੀ ਉਹੀ ਜਾ ਸਕਦੇ ਨੇ ਘਟਨਾ ਕੁਛ ਇਸ ਤਰ੍ਹਾਂ ਵਾਪਰੀ ਹੈ ਜੀ ਉੱਥੇ ਦੇ ਜਿਹੜਾ ਸਰਪੰਚ ਹੈ ਗਿਆ ਕਿ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਕਿ ਕਿਸੇ ਕਬਰ ਦਾ ਜਿਹੜਾ ਵਿਸਫੋਟ ਹੋਣਾ ਕਾਰਨ ਇਹ ਹੈ ਜੀ ਕਿ ਜਿਨ੍ਹਾਂ ਨੇ ਤਾਬੂਤ ਬਣਾਇਆ ਸੀਗਾ ਜਿਸ ਟਾਈਮ ਹੌਲੀ-ਹੌਲੀ ਜਿਹੜੀ লাশ ਰੱਖੀ ਹੁੰਦੀ ਆ ਜੋ ਮਰਦਾ ਰੱਖਿਆ ਹੁੰਦਾ ਤਾਬੂਤ ਦੇ ਵਿੱਚ ਉਹਦੇ ਵਿੱਚੋਂ ਜਿੱਦਾਂ ਜਿੱਦਾਂ ਗੈਸਾਂ ਨਿਕਲਦੀਆਂ ਨੇ ਜਿੱਦਾਂ ਉਹਦਾ ਸਰੀਰ ਅੱਗੇ ਤੋਂ ਅੱਗੇ ਵਧਦਾ ਰਹਿੰਦਾ ਹੈ ਜੀ ਉਸ ਹਿਸਾਬ ਦੇ ਨਾਲ ਜਿਹੜੀਆਂ ਗੈਸਾਂ ਅੰਦਰ ਜੇਕਰ ਸ਼ਾਇਦ ਜਿਹੜੇ ਉਹ ਵਾਲਵਲਾ ਨਾ ਰੱਖਿਆ ਹੋਵੇ ਸਹੀ ਤਰੀਕੇ ਦੇ ਨਾਲ ਜੇਕਰ ਉਹ ਬੰਦ ਹੋ ਜਵੇ ਤਾਂ ਗੈਸ ਐਨੀ ਭਰ ਜਾਂਦੀ ਹੈ ਉਹਦੇ ਵਿੱਚ ਕਿਉਂਕਿ ਸਰੀਰ ਜਦੋਂ ਡੀਕੰਪੋਜ਼ੀਸ਼ਨ ਦੇ ਸਟੇਟ ਤੋਂ ਡੀਕੰਪੋਜ਼ੀਸ਼ਨ ਕੰਪੋਜ਼ੀਸ਼ਨ ਦੇ ਵਿੱਚ ਜਾਂਦਾ ਹੈ ਤਾਂ ਉਸ ਟਾਈਮ ਜਿਹੜਾ ਆ ਉਹ ਗੈਸ ਬਣਦੇ ਨਾਲ ਤੁਮਕਾ ਹੋ ਸਕਦਾ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਹੁੰਦਾ ਹੈ ਜੀ ਤੇ ਹੁਣ ਸਿਰਫ ਜਿਹੜੇ ਸਾਨੀਤਾਰੀ ਹੈ ਜਿਨ੍ਹਾਂ ਨੇ ਠੀਕ ਕਰਨਾ ਸਾਰਾ ਜੋ ਅੰਗ ਬਾਹਰ ਖਿਲਰੇ ਨੇ ਉਹਨਾਂ ਨੂੰ ਇਕੱਠੇ ਕਰਕੇ ਤੋਂ ਬੂਤ ਦੇ ਵਿੱਚ ਨਵੇਂ ਜਪਾ ਕੇ ਦੁਬਾਰਾ ਜਿਨ੍ਹਾਂ ਨੇ ਉਸ ਉਸ ਕਵਰ ਦੇ ਵਿੱਚ ਦਫਨਾਣਾ ਜੀ ਉਹ ਬੰਦੇ ਕੱਲ ਨੂੰ ਆਣੇ ਕਿਉਂਕਿ ਅੱਜ ਦੇ ਕੱਲ ਛੁੱਟੀ ਸੀ ਕੱਲ ਤੋਂ ਬਾਅਦ ਹੀ ਫਿਰ ਜਿਹੜੀ ਹੈ ਉੱਥੇ ਦੀਆਂ ਜਿਹੜੀਆਂ ਕਬਰਾਂ ਨੂੰ ਦੁਬਾਰਾ ਖੋਲਿਆ ਜਾਊਗਾ ਅਗਲੇ ਅਪਡੇਟ ਵੱਲ ਚੱਲਦੇ ਹਾਂ ਅਗਲਾ ਅਪਡੇਟ ਆ ਜੀ ਬੋਨਸਾਂ ਵਾਲੇ ਤਿੰਨ ਇਹੋ ਜੇ ਬੋਨਸ ਜੋ ਕੇ ਤੁਸੀਂ ਸਤੰਬਰ ਦੇ ਮਹੀਨੇ ਦੇ ਵਿੱਚ ਕਰ ਸਕਦੇ ਹੋ ਇਹ ਉਹ ਬੋਨਸ ਨੇ ਜੀ ਜਿਨ੍ਹਾਂ ਦੇ ਲਈ ਤੁਹਾਡੇ ਕੋਲ ਈਜ਼ੀ ਦੀ ਲੋੜ ਨਹੀਂ ਹੈਗੀ ਇਹ ਉਹ ਬੋਨਸ ਹੈ ਜੀ ਜਿਨ੍ਹਾਂ ਦੇ ਲਈ ਤੁਹਾਨੂੰ ਕੋਸ਼ ਪੁੱਛਿਆ ਗਿੱਚਿਆ ਨਹੀਂ ਜਾਂਦਾ ਇਹਨਾਂ ਬੋਨਸ ਹਨ ਜੋ ਹੀ ਸਤੰਬਰ ਦੇ ਮਹੀਨੇ ਦੇ ਵਿੱਚ ਕਰ ਸਕਦੇ ਹੋ ਕਿਹੜੇ ਬੋਨਸ ਨੇ ਜੀ ਜਿਨ੍ਹਾਂ ਦੇ ਲਈ ਈਜ਼ੀ ਵੀ ਨਹੀਂ ਲੋੜ ਹੈਗੀ ਦੇਖੋ ਸਭ ਤੋਂ ਪਹਿਲਾ ਜਿਹੜਾ ਬੋਨਸ ਆ ਉਹ ਬੋਨਸ ਦਾ ਨਾਮ ਆ ਜੀ ਬੋਨਸ ਮਾਮਾ ਦੁਮਾਨੀ ਬੋਨਸ ਮਾਮਾ ਦੁਮਾਨੀ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ 800 ਰੁਪਏ ਜਿਨ੍ਹਾਂ ਦੇ ਵੀ ਬੱਚਿਆਂ ਦੀ ਜਿਨ੍ਹਾਂ ਵੀ ਬੱਚਿਆਂ ਦਾ ਜਨਮ 1 ਜਨਵਰੀ ਤੋਂ ਬਾਅਦ ਹੋਇਆ ਹੁਣ 2020 ਹੋਵੇ ਜਾਂ 2021 ਹੋਵੇ 2017 2016 ਤੋਂ ਇਸ ਨੂੰ ਸ਼ੁਰੂ ਕੀਤਾ ਗਿਆ ਜੀ ਹਰ ਉਸ ਇੱਕ ਬੱਚੇ ਦੇ ਲਈ ਸਰਕਾਰ 800 ਰੁਪਏ ਦਿੰਦੀ ਹੈ ਤੇ ਵੀਰ ਚਾਹੇ ਬੱਚੇ ਦਾ ਜਨਮ ਹੋਇਆ ਚਾਹੇ ਚਾਹੇ ਬੰਦੇ ਨੇ ਬੰਦੇ ਨੇ ਕਿਸੇ ਨੇ ਬੱਚੇ ਨੂੰ ਅਡਾਪਟ ਕੀਤਾ ਹੋਵੇ ਤੇ ਇਹਦਾ ਜਿਹੜਾ ਜੀ 7ਵੇਂ ਮਹੀਨੇ ਤੋਂ ਜਿਸ ਟਾਈਮ ਪ੍ਰੈਗਨੈਂਟ ਹੁੰਦੀ ਹੈ ਲੈਡੀ ਦਮਾਂਦਾ ਔਰਤ ਕਰ ਸਕਦੀ ਹੈ ਜੀ 800 ਯੂਰੋ ਸਰਕਾਰ ਵੱਲੋਂ ਮਿਲਦਾ ਜੀ ਉਸ ਤੋਂ ਬਾਅਦ ਦੂਸਰਾ ਜਿਹੜਾ ਬੋਨਸ ਆਬ ਜਿਹਦੇ ਲਈ ਈਜ਼ੀ ਦੀ ਲੋਡ ਨਹੀਂ ਹੈਗੀ ਇਹ ਹੈ ਜੀ ਬੋਨਸ ਅਜ਼ੀਲੋਨੀਦੋ ਬੋਨਸ ਅਜ਼ੀਲੋਨੀਦੋ ਕੀ ਹੈ ਜੀ ਇਹ ਹੈ ਜੀ ਜਿਨ੍ਹਾਂ ਦੇ ਬੱਚੇ 3 ਸਾਲ ਤੱਕ ਦੇ ਹੁੰਦੇ ਨੇ ਜਿਨ੍ਹਾਂ ਦੇ ਬੱਚਿਆਂ ਦੀ ਉਮਰ 3 ਸਾਲ ਤੋਂ ਥੱਲੇ ਹੁੰਦੀ ਹੈ ਜੀ ਉਹ ਸਰਕਾਰ ਦੇ ਕੋਲੋਂ ਪੈਸੇ ਲੈ ਸਕਦੇ ਆ ਤਕਰੀਬਨ ਸਾਲ ਦਾ 1.5 ਹਜ਼ਾਰ ਰੁਪਿਆ ਮਿਲ ਸਕਦਾ ਇਸ ਤੋਂ ਵੱਧ ਨਹੀਂ ਡਿਪੈਂਡ ਕਰਦਾ ਬੰਦੇ ਦੀ ਈਜ਼ੇ ਕਿੰਨੀ ਆ ਜਿੰਨੀ ਈਜ਼ੇ ਵੱਧ ਹੋਊਗੀ ਉਨੇ ਹੀ ਪੈਸੇ ਘੱਟ ਮਿਲਣੇ ਆ ਤੇ ਇਹ ਜਿਹੜੇ ਪੈਸੇ ਮਿਲਦੇ ਆ ਜੀ ਇਹ ਮਿਲਦੇ ਆ ਕਿ ਸਕੂਲਾਂ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਭੇਜਣਾ ਇਹ ਪੈਸੇ ਤਾਂ ਮਿਲਦੇ ਆ ਉਸ ਤੋਂ ਬਾਅਦ ਆ ਜੀ ਬੋਨਸ ਬੇਬੇ ਬੋਨਸ ਬੇਬੇ ਜਿਹੜੀ ਆ ਇਹ ਦੁਮੰਦਾ ਹੁੰਦਾ ਜੀ ਤੁਸੀਂ ਇਹ ਵੀ ਦੁਮੰਦਾ ਕਰ ਸਕਦੇ ਆ ਸਰਕਾਰ ਤੁਹਾਨੂੰ ਇਹਦੇ ਲਈ ਵੀ ਪੈਸੇ ਦਿੰਦੀ ਆ ਇਹਦੇ ਲਈ ਤੁਹਾਨੂੰ ਕਿੰਨੇ ਪੈਸੇ ਮਿਲਦੇ ਆ तकरीबन ਹਰ 2 ਮਹੀਨੇ ਬਾਅਦ ਵਿੱਚ ਪੈਸੇ ਆਂਦੇ ਆ 80 ਰੁਪਏ ਮਹੀਨੇ 60 ਰੁਪਏ ਜਾਂ ਫਿਰ 80 ਰੁਪਏ ਮਹੀਨੇ ਦੇ ਮਿਲਦੇ ਆ ਜਾਂ ਬੱਚੇ ਜੇਕਰ 2 ਹੋਣ ਜਾਂ ਫਿਰ ਈਜ਼ੇ ਜਿਹੜੀ ਆ 7000 ਤੋਂ ਘੱਟ ਹੋਵੇ ਤਾਂ ਫਿਰ 80 ਦੀ ਜਗ੍ਹਾ 160 ਰੁਪਏ ਮਹੀਨੇ ਵੀ ਮਿਲਣੇ ਸ਼ੁਰੂ ਹੋ ਜਾਂਦੇ ਆ ਤੇ ਇਹ ਜਿਹੜਾ ਦਮੰਦ ਆ ਜੀ ਇਹ ਹੁੰਦਾ ਜਿਸ ਟਾਈਮ ਬੱਚੇ ਦਾ ਜਨਮ ਹੁੰਦਾ 90 ਦਿਨਾਂ ਦਾ 90 ਦਿਨਾਂ ਦਾ ਟਾਈਮ ਹੁੰਦਾ ਤੁਹਾਡੇ ਕੋਲ ਕਿ ਤੁਸੀਂ ਇਸ ਦਮਾਨਦੇ ਨੂੰ ਕਰੋ ਤੇ ਤੁਹਾਨੂੰ 80 ਰੁਪਏ ਜੀ ਇਜ਼ੇ ਤੇ ਡਿਪੈਂਡ ਕਰਦਾ ਜੇਕਰ ਇਜ਼ੇ 7 ਤੋਂ ਥੱਲੇ ਆ 7000 ਤੋਂ ਥੱਲੇ ਫਿਰ 160 ਐਰੋ ਮਹੀਨੇ ਦੇ ਮਿਲਣੇ ਆ ਨਹੀਂ ਤਾਂ 80 ਐਰੋ ਮਹੀਨੇ ਦੇ ਤੁਹਾਨੂੰ ਮਿਲਣੇ ਆ ਜੀ ਹਰ ਇੱਕ ਬੱਚੇ ਦੇ ਹਿਸਾਬ ਨਾਲ ਕਹਿਣ ਦਾ ਮਤਲਬ ਜੇਕਰ ਹੁਣ ਸਤੰਬਰ ਦੇ ਵਿੱਚ ਕੋਈ 7ਵੇਂ ਮਹੀਨੇ ਦੇ ਵਿੱਚ ਕੋਈ ਲੇਡੀ ਚੜ ਗਈ ਉਹ ਦਮਾਨਦਾ ਕਰਦੀ ਤਾਂ ਉਹਨੂੰ ਉਹਨਾਂ ਨੂੰ ਜਿਹੜੇ ਪੈਸੇ ਮਿਲਣੇ ਆ 800 ਐਰੋ ਇੱਕ ਮਿੰਨ ਉਸ ਤੋਂ ਬਾਅਦ ਅਜੀਲੋ ਨੀਦੋ ਤਾਂ ਦਮਾਨਦਾ ਕਰਨ ਦੇ ਲਈ ਪੈਸੇ ਮਿਲਣਿਆ तकरीबन ਸਾਲ ਦਾ 1500 1500 ਰੋ ਤੇ 80 ਹਜ਼ਾਰ ਰੋ ਮਹੀਨੇ ਦਾ ਉਦਾਂ ਲੱਗ ਜਾਣਾ ਇਹਨਾਂ ਦੇ ਲਈ ਈਜ਼ੀ ਦੀ ਲੋਡ ਨਹੀਂ ਹੈਗੀ ਜੇਕਰ ਇਟਲੀ ਦੇ ਵਿੱਚ ਬੱਚਾ ਹੋਵੇ ਉਹਦਾ ਖਰਚਾ ਸੀ ਕਹਿ ਸਕਦੇ ਜਿੰਨਾ ਕੋ ਬੱਚੇ ਤੇ ਆਂਦਾ ਸਰਕਾਰ ਹੀ ਚੱਕਦੀ ਅਜੇ ਇਹਦੇ ਨਾਲ ਅੱਜ ਦੀਆਂ ਸਾਡੀਆਂ ਖਬਰਾਂ ਇੱਥੇ ਹੀ ਸਮਾਪਤ ਹੋਣੀਆਂ ਨੇ ਇੱਥੇ ਮੁੱਕਦੀਆਂ ਜੀ ਮਿਲਾਂਗੇ ਕੱਲ੍ਹ ਦੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਇਟਾਲੀ ਨਿ ਖਬਰਾਂ ਤੋਂ ਹੀ ਕਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ